ਸਾਸ਼ੀਕਲ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਪਿੰਕ ਸਮਝਦਾਰ ਦੀ YouTube ਚੈਨਲ ਤੇ ਜਿਹੜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਫਸ ਲਿੰਕ ਇਨ ਦਾ ਡਿਸਕ੍ਰਿਪਸ਼ਨ ਚ ਜਾ ਕੇ ਤੁਸੀਂ ਕੋਈ ਵੀ ਨਿਊ ਸਬਮਿਟ ਕਰ ਸਕਦੇ ਹੋ ਰਿਲੇਟਡ ਟੂ ਪੰਜਾਬੀ ਇੰਡਸਟਰੀ ਤੇ ਬਾਅਦ ਦੇ ਵੀਡੀਓ ਵਾਲ ਤੇ ਅੱਜ ਆਪਾਂ ਗੱਲ ਕਰਾਂਗੇ ਮਨਨ ਉਲੀ ਸਿੱਧੂ ਮੂਸੇਵਾਲੇ ਬਾਰੇ ਸਿੱਧੂ ਮੂਸੇਵਾਲੇ ਜਿਨ੍ਹਾਂ ਦੀ ਐਲਬਮ ਆ ਰਹੀ ਹੈ ਮੂਸਾ ਟੇਪ ਜਿਸ ਦੀ ਆਲਰੇਡੀ ਬਹੁਤ ਜ਼ਿਆਦਾ ਹਾਈਪ ਕਰੀਏਟ ਹੋ ਚੁੱਕੀ ਹੈ ਤੇ ਫੈਨਸ ਉਹਨ ਬਹੁਤ ਜ਼ਿਆਦਾ ਐਕਸਾਈਟਡ ਨੇ ਸੁਣਨ ਲਾ ਕੇ ਤੇ ਬਹੁਤ ਜ਼ਿਆਦਾ ਵੇਟ ਹੋ ਰਹੀ ओ oh, उस तो पहला नोट रैक के पोस्टर पा चुके हैं जिसका पहले का नाम होने वाला है बिच आई एम बैग सैकेंड का नाम होाला है बरबेरी थर्ड का नाम होाला है आई डी गैफ का नाम होने वाला है बोकॉल फिफ्थ का नाम होने वाला है ब्राउन शोटी सिक्सथ का नाम होने वाला, होन वाला, होन वाला है रैक एंड राउंड्स सैवंथ का नाम होने वाला है अरोमा एटथ का नाम होने वाला है मुसरेला 9th ਦਾ ਨਾਮ ਹੋਣ ਵਾਲਾ ਐ ਸਦੂ ਸੰਤ ਤੇ 10th ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਚੁੱਕਾ ਕਿ ਇਹ ਐਲਬਮ ਕਦੋਂ ਆ ਸਕਦੀ ਕਦੋਂ ਰਿਲੀਜ਼ ਹੋ ਸਕਦੀ ਹੈ ਜੇ ਤੁਸੀਂ ਉਹ ਮੇਰੀ ਵੀਡੀਓ ਨਹੀਂ ਦੇਖੀ ਤੇ ਆਈ ਬਟਨ 'ਚ ਤੁਹਾਨੂੰ ਉਸ ਦਾ ਲਿੰਕ ਮਿਲ ਜਾਏਗਾ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਸਬਸਕ੍ਰਾਈਬ ਕਰ ਲੈਣਾ ਚੈਨਲ ਤੁਹਾਨੂੰ ਇਸ ਚੈਨਲ ਕੈਂਡ ਕੈਂਡ ਅਪਡੇਟਸ ਮਿਲਦੀ ਰਹਿੰਦੀਆਂ ਨੇ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਬਾਏ ਬਾਏ